ਜਲੰਧਰ 'ਚ ਜੋਤੀ ਚੌਂਕ ਤੋਂ ਨਕੋਦਰ ਚੌਂਕ ਨੂੰ ਜਾਂਦੀ ਸੜਕ 'ਤੇ ਸਥਿਤ ਬੈੱਡਸ਼ੀਟ ਦੇ ਸ਼ੋਅਰੂਮ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ, ਕਿਉਂਕਿ ਜਿਸ ਥਾਂ 'ਤੇ ਅੱਗ ਲੱਗੀ ਉਹ ਬਾਜ਼ਾਰ ਅਤੇ ਇਸ ਦੇ ਪਿਛਲੇ ਪਾਸੇ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ। ਜਲੰਧਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਜਿੱਥੇ ਅੱਗ ਲੱਗੀ ਉਸ ਦੇ ਹੇਠਾਂ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਜਲੰਧਰ ਤੋਂ ਵਿਸ਼ੇਸ਼ ਰਿਪੋਰਟ। ਮੈਂ ADFO ਜਸਵੰਤ ਸਿੰਘ ਕਾਲੋਂ। ਜਸਵੰਤ ਜੀ, ਕਿੰਨੇ ਵਜੇ ਤੁਹਾਨੂੰ ਕਾਲ ਆਉਂਦੀ ਹੈ? ਇਹ ਤੁਹਾਨੂੰ 9:10 'ਤੇ ਕਾਲ ਆਈ ਹੈ। ਉਹਦੇ ਵਿੱਚ ਪਤਾ ਲੱਗਾ ਸੇਠੀ ਕੰਪਲੈਕਸ ਦੇ ਵਿੱਚ ਜਿਹੜਾ ਡ੍ਰੀਮ ਸਟੂਡੀਓ, ਉਹਦੇ 'ਚ ਅੱਗ ਲੱਗੀ ਹੈਗੀ ਆ। ਅਤੇ ਉਦੋਂ ਆਪਾਂ ਸਾਰੀਆਂ ਗੱਡੀਆਂ ਮਾਰਚ ਕਰਾ ਦਿੱਤੀਆਂ। ਗੱਡੀਆਂ ਦੇ ਵਿੱਚ ਆ ਕੇ ਟੈਂਕਰ ਛੋਟੀਆਂ ਗੱਡੀਆਂ ਤੋਂ ਬਿਲਕੁਲ ਨਜ਼ਦੀਕ ਸੀ, ਆਪਾਂ ਵਿਦਿਨ ਟਾਈਮ ਐਕਸ਼ਨ ਕੀਤਾ। ਇਹ ਥੱਲੇ ਫਲੋਰ ਜਿਹੜੇ ਉਹ ਸੇਫ ਹੈ ਇਸ ਵੇਲੇ। ਉਤਲੇ ਫਲੋਰ ਦੇ ਵਿੱਚ ਸਾਡੀ ਫਾਇਰ ਫਾਈਟਿੰਗ ਚੱਲ ਰਹੀ ਹੈਗੀ ਆ। ਥੱਲੇ ਸੈਕਿੰਡ ਫਲੋਰ 'ਚ ਅੱਗ ਆਈ ਸੀ, ਉੱਥੇ ਸਾਡੀ ਟੀਮ ਇੰਟਰ ਕਰ ਚੁੱਕੀ ਹੈ। ਅਤੇ ਬੈਂਕ ਜਿਹੜੀ ਥੱਲੇ ਅਜੇ ਤੱਕ ਫਿਲਹਾਲ ਸੇਫ ਆ, ਪਰ ਅਜੇ ਤੱਕ ਜਿਹੜਾ ਅੱਗ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਅਜੇ ਤੱਕ। ਅੰਦਰ ਜਿੰਨਾ ਚਿਕਰ ਅਸੀਂ ਪੂਰਾ ਇੰਟਰੀ ਨਹੀਂ ਕਰ ਲੈਂਦੇ, ਕੋਈ ਕੰਟਰੋਲ ਨਹੀਂ ਕਰਦੇ, ਉਹਨਾਂ ਚਿਕਰ ਅਸੀਂ ਕੁਛ ਨਹੀਂ ਕਿਹਾ ਜਾ ਸਕਦਾ। ਸਰ, ਦੱਸਿਆ ਜਾਂਦਾ ਕਿਹੜੇ ਫਾਇਰ ਅਫਸਰਾਂ ਨੂੰ ਮੁਸ਼ਕਲ ਬਹੁਤ ਸਾਹਮਣਾ ਕਰਨਾ ਪੈ ਰਿਹਾ, ਅੱਗ ਕਿਹੜੇ ਅੰਦਰ ਜਾ ਨਹੀਂ ਸਕਦੇ? ਮੁਸ਼ਕਲਾਂ ਇਸ ਤਰ੍ਹਾਂ ਵੀ ਜਿਹੜੀ ਅੰਦਰ ਕੋਟਨ ਦੇ ਬੈੱਡ ਸ਼ੀਟਾਂ ਵਗੈਰਾ ਰੱਖਿਆ, ਉਹਨਾਂ ਦਾ ਧੂੰਆਂ ਬਹੁਤ ਸਟਰੋਂਗ ਆ, ਤੋ ਧੂੰਆਂ ਕੌੜਾ ਹੋਣ ਕਰਕੇ ਸਾਨੂੰ ਬਹੁਤ ਮੁਸ਼ਕਲ ਅੰਦਰ ਆਉਣ ਜਾਣ ਦੀ। ਨਾ ਕੋਈ ਅੰਦਰ ਰਾਹ ਹੈਗਾ, ਤੇ ਚਾਰੋਂ ਪਾਸੇ ਜਦੋਂ ਫਾਇਰ ਅਫਸਰ ਵੜਦੇ ਅੰਦਰ ਤਾਂ ਬਲਾਸਟ ਕਿਹੜੇ ਉਹ ਜਿਹੜੇ ਇਹਨਾਂ ਦੇ ਸ਼ੀਸ਼ੇ ਜਿਹੜੇ ਹੀਟ ਦੇ ਨਾਲ ਬਲਾਸਟ ਹੋ ਗਏ, 2-3 ਵਾਰੀ ਸਾਡੇ ਡਿੱਗੇ ਹੈਗੇ ਆ, ਸਾਡੇ ਬੰਦਿਆਂ ਦੇ ਵੱਜੇ ਆ। ਪਰ ਚਲੋ ਬਚਾਅ ਅਜੇ ਤੱਕ ਤੇ ਅਜੇ ਤੱਕ ਆਪਾਂ ਟੀਮ ਦਾ ਵੀ ਜਾਇਜ਼ਾ ਨਹੀਂ ਲੈ ਸਕੇ, ਸਾਡੀ ਟੀਮ ਕਿੱਥੇ ਕਿੱਥੇ ਲੱਗੀ ਹੈਗੀ। ਅੱਗ ਦਾ ਕਾਰਨ ਪਤਾ ਲੱਗਿਆ? ਨਹੀਂ ਜੀ, ਅਜੇ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਹੈਲੋ।